ਯਾਰ ਉੱਤੋਂ ਬਣ ਜਾਂਦਾ, ਇਹ ਉਤਲੇ ਇੱਕ ਦਿਨ ਉਦਾਂ ਹੀ ਲੈ ਜਾਂਦੇ ਨੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਹੱਕ ਸੱਚ ਦੀ ਕਮਾਈ ਹੈ ਨਾ ਜਿਹੜੀ, ਉਹਦੇ ਚ ਬਰਕਤ ਹੈ, ਉਹਦੇ ਚ ਸ਼ਾਂਤੀ ਵੀ ਹੈ। ਦਸਾਂ ਨੌਵਾਂ ਦੀ ਕਿਰਤ ਕਮਾਈ ਕਰੋ, ਇਹਦੇ ਤੋਂ ਬਚੋ। ਬੜੇ ਵੇਖੇ ਨੇ ਇੱਕ ਸਾਡੇ ਸੀ ਉੱਥੇ, ਉਹ ਬੜਾ ਆਫਿਸਰ ਹੈ ਵੱਡਾ, ਬਹੁਤ ਦੋ ਚਾਰ ਵਾਰੀ ਆਇਆ ਪਹਿਲਾਂ ਪਹਿਲਾਂ। ਬਾਬਾ ਜੀ ਬੜੇ ਖੰਡ ਪਾਠ, ਮੈਂ ਉਹਦੇ ਘਰ ਗਿਆ ਇੱਕ ਵਾਰੀ, ਮੈਨੂੰ ਹੁਕਮਨਾਮੇ ਵਿਖਾਉਣ ਲੱਗ ਪਿਆ। ਮੈਂ ਜੀ ਆ ਉੱਥੇ ਖੰਡ ਪਾਠ ਕਰਾਇਆ, ਉੱਥੇ ਹੁਕਮਨਾਮਾ ਆਇਆ, ਆ ਆਇਆ, ਅੰਮ੍ਰਿਤਸਰ ਕਰਾਇਆ, ਉੱਥੇ ਆ ਆਇਆ, ਉੱਥੇ ਕਰਾਇਆ, ਉੱਥੇ ਆ ਹੁਕਮਨਾਮਾ ਆਇਆ। ਮੈਂ ਕਿਹਾ ਕਿੰਨੇ ਖੰਡ ਪਾਠ ਕਰਾ ਦੇਣਾ? ਕਹਿੰਦਾ ਮਹੀਨੇ 'ਚ ਸੱਤ। ਤੇ ਮੈਂ ਕਿਹਾ ਸੱਤ ਖੰਡ ਪਾਠ ਇੱਕ ਮਹੀਨੇ 'ਚ ਕਰਾਉਣਾ ਹੈ? ਵੈਸੇ ਗੱਲਾਂ ਗੱਲਾਂ 'ਚ ਪੁੱਛੋ ਤਨਖਾਹ ਕਿੰਨੀ ਤੁਹਾਡੀ? ਕਹਿੰਦਾ 18,000। ਮੈਂ ਕਿਹਾ ਸੱਤ ਖੰਡ ਪਾਠ, ਸੱਤ ਦੀ ਆ 21, ਜੇ 3,000 ਵੀ ਭੇਟਾ ਦੇ ਤੇ 21,000 ਤੇ ਫਾਂਟਾ ਪਾਠਾਂ ਤੇ ਦੇ ਦਿੰਦਾ 18,000। ਕਹਿੰਦਾ ਮੈਂ ਤਨਖਾਹ ਲੈ ਲੈ, ਜ਼ਮੀਨ ਭੋਏ ਭਾਂਡਾ ਇਹਦਾ ਹੈ ਕੋਈ ਨਹੀਂ। ਤੇ ਵੇਖੋ ਭਾਈ, 21,000 ਰੁਪਈਆ ਮਰਦ ਨੂੰ ਰਿਸ਼ਵਤ ਨਹੀਂ ਜਾਂਦਾ ਵੀ ਮੈਂ ਕਈ ਲੱਖ ਖਾਣੇ ਨੇ ਤੇ 21,000 ਮੈਂ ਮਹੀਨੇ ਦਾ ਇੱਧਰ ਕੱਢਦੇ। ਇਹ ਖੰਡ ਪਾਠ ਤਾਰਨਗੇ ਇੱਦਾਂ ਦੇ? ਉਹ ਬੜਾ ਚੌੜਾ ਹੋ ਕੇ ਧਰਮੀ ਬਣਿਆ ਫਿਰਦਾ, ਧਰਮੀ ਦਾ ਠੱਪਾ ਲਵਾਉਣ ਲਈ ਖੰਡ ਪਾਠ ਸੱਤ ਸੱਤ ਕਰਾਈ ਜਾਂਦਾ ਮਹੀਨੇ ਦੇ, ਵੀ ਮੇਰੇ ਪਾਪ ਧੁਪੀ ਵੀ ਜਾਣ। ਵੀ ਤੂੰ 18,000 ਤਨਖਾਹ ਲੈਂਦਾ, 21,000 ਰੁਪਈਆ ਕਿਵੇਂ ਤੂੰ ਖੰਡ ਪਾਠਾਂ ਤੇ ਲਾ ਦੇਂਗਾ? ਐਡੀ ਵੱਡੀ ਕੋਠੀ ਵੀ ਹੈ, 5-4 ਗੱਡੀਆਂ ਵੀ ਨੇ, ਬੱਚੇ ਵੀ ਨੇ, ਕਿਵੇਂ ਪਲਦੇ ਨੇ? ਤੇ ਹੁਣ ਸਮਝ ਆਉਂਦੀ ਆਪੇ। ਸੋ ਏਦਾਂ ਦੇ ਬੜੇ ਬੰਦੇ ਆ ਕਿ ਕਮਾਲੋ ਲੱਖ ਦੇ ਵਿੱਚੋਂ 5-4 ਹਜ਼ਾਰ ਗੁਰਦੁਆਰੇ ਦੇ ਦਿਓ, ਮੇਰੇ ਪਾਪ ਨਾਲ ਦੀ ਨਾਲ ਧੁਪੀ ਜਾਣਗੇ। ਠੱਗੀ ਚੋਂ ਵੀ ਦਸਵੰਧ ਕੱਢ ਦੋ, ਠੱਗੀਆਂ ਮਾਰੋ ਤੇ ਦਸਵੰਧ ਉਹਦੇ ਚੋਂ ਵੀ ਕੱਢੀ ਜਾਓ। ਇਹਨਾਂ ਤੋਂ ਬਚਣ ਦੀ ਲੋੜ ਹੈ। ਹੱਕ ਸੱਚ ਦੀ ਕਮਾਈ ਨਾਲ ਸ਼ਾਂਤੀ ਰਹਿੰਦੀ ਹੈ ਮਨ ਨੂੰ। ਜਿਨ੍ਹਾਂ 2 ਨੰਬਰ ਦਾ ਪੈਸਾ ਉਹਨਾਂ ਨੁਕਸਾਨ ਜ਼ਿਆਦਾ ਕਰਦਾ। ਮਾਇਆ ਹੋਈ ਲਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਲੋਭ ਜਿੰਨਾ ਮਾਇਆ ਦਾ ਕਰੀਏ ਓਨਾ ਮਾੜਾ ਹੈ, ਨਾਮ ਰੂਪੀ ਧਨ ਇਕੱਠਾ ਕਰਨ ਦਾ ਜਿੰਨਾ ਲੋਭ ਹੋਵੇ ਓਨਾ ਹੀ ਚੰਗਾ ਹੈ। ਨਾਮ ਰੂਪੀ ਖਜ਼ਾਨਾ ਜਮ੍ਹਾਂ ਕਰੀਏ ਲੋਭੀ, ਕਬਹੂ ਜੀਅੜਾ ਜੀਅਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਜੋ ਕੁੱਕਰ ਹਰਕਾਇਆ ਧਾਵਹਿ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਕਹਿੰਦੇ ਲੋਭੀ ਹੈ ਨਾ ਜਿਹੜਾ, ਉਹ ਹਲਕੇ ਕੁੱਤੇ ਵਰਗਾ, ਹਲਕਾ ਕੁੱਤਾ ਤੇ ਲੋਭੀ ਇੱਕੋ ਜਿਹੇ ਨੇ। ਧਿਆਨ ਦਿਓ, ਹਲਕੇ ਕੁੱਤੇ ਦੀਆਂ 5 ਨਿਸ਼ਾਨੀਆਂ। ਪਹਿਲੀ ਨਿਸ਼ਾਨੀ, ਹਲਕਾ ਕੁੱਤਾ ਟਿਕ ਕੇ ਨਹੀਂ ਬਹਿ ਸਕਦਾ। ਦੂਜੀ ਨਿਸ਼ਾਨੀ, ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਪੈਂਦਾ, ਜਿਨ੍ਹਾਂ ਨੇ ਪਾਲਿਆ ਉਹਨਾਂ ਨੂੰ ਹੀ ਵੱਢੇਗਾ, ਇਹ ਦੂਜੀ ਨਿਸ਼ਾਨੀ। ਹਲਕੇ ਕੁੱਤੇ ਦੀ ਤੀਜੀ ਨਿਸ਼ਾਨੀ, ਉਹਦੇ ਮੂੰਹ ਚੋਂ ਝੱਗ ਡਿੱਗਦੀ ਰਹਿੰਦੀ ਹੈ। ਹਲਕੇ ਕੁੱਤੇ ਦੀ ਚੌਥੀ ਨਿਸ਼ਾਨੀ, ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਹਲਕੇ ਕੁੱਤੇ ਦੀ 5ਵੀਂ ਨਿਸ਼ਾਨੀ, ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ। ਇਹ 5 ਨਿਸ਼ਾਨੀਆਂ ਨੇ। ਤੇ ਬਾਣੀ ਕਹਿੰਦੀ ਆ ਵੀ ਹਲਕੇ ਕੁੱਤੇ ਵਰਗਾ ਹੀ ਹੁੰਦਾ ਲੋਭੀ, ਇਹਦੇ ਨਾਲ ਕਿਉਂ ਜੋੜ ਦਿੱਤਾ? ਲੋਭੀ ਕੁੱਤਾ, ਲੋਭੀ ਬੰਦਾ ਹਲਕੇ ਕੁੱਤੇ ਵਰਗਾ ਕਿਉਂ? ਇਹ 5 ਨਿਸ਼ਾਨੀਆਂ ਹਲਕੇ ਕੁੱਤੇ ਦੀਆਂ ਨੇ ਤੇ 5 ਲੋਭੀ ਦੀਆਂ ਨੇ। ਹਲਕਾ ਕੁੱਤਾ ਟਿਕ ਕੇ ਨਹੀਂ ਬਹਿ ਸਕਦਾ। ਕਹਿੰਦੇ ਲੋਭੀ ਦੇ ਜੀਵਨ ਵਿੱਚ ਵੀ ਟੇਕ ਨਹੀਂ ਹੁੰਦੀ, ਟਿਕਾ ਨਹੀਂ ਹੁੰਦਾ ਉਹਨੂੰ ਕੋਈ ਨਹੀਂ। ਮਤਲਬ ਮੈਂ ਸਵੇਰੇ ਉੱਠਾਂ, ਮੈਂ ਇਸ਼ਨਾਨ ਕਰਾਂ, ਮੈਂ ਭਜਨ ਪਾਠ ਕਰਾਂ, ਦਿਨ ਰਾਤ ਭੱਜਿਆ ਹੀ ਫਿਰਦਾ ਹੈ।
ਟਿਕ ਕੇ ਸ਼ਾਂਤੀ ਨਾਲ ਬਹਿ ਨਹੀਂ ਸਕਦਾ। ਓਵਰ ਟਾਈਮ ਵੀ ਲਾਉਣਾ ਪਵੇ, ਜਿਵੇਂ ਮਰਜ਼ੀ ਹੋਵੇ, ਬਸ ਮਾਇਆ ਆਵੇ, ਮਾਇਆ ਆਵੇ, ਮਾਇਆ ਆਵੇ, ਕਦੇ ਦਰਬਾਰ ਸਾਹਿਬ ਜਾਣ ਦਾ ਟਾਈਮ ਨਹੀਂ, ਕਦੇ ਅੰਮ੍ਰਿਤਸਰ ਹਜ਼ੂਰ ਸਾਹਿਬ ਹੇਮਕੁੰਡ ਸਾਹਿਬ, ਕਦੇ ਟਾਈਮ ਨਹੀਂ ਮੇਰੇ ਕੋਲ, ਸਮਾਂ ਨਹੀਂ, ਬਸ ਜੋੜੀ ਚੱਲੋ, ਜੋੜੀ ਚੱਲੋ। ਲੋਭੀ ਦੂਜੀ ਨਿਸ਼ਾਨੀ ਹਲਕਾ ਕੁੱਤਾ, ਘਰਦਿਆਂ ਨੂੰ ਵੱਢਣ ਲੱਗ ਪੈਂਦਾ। ਲੋਭੀ ਦੀ ਦੂਜੀ ਨਿਸ਼ਾਨੀ ਹੈ ਸਭ ਕੁਝ ਹਿੱਸਾ ਭਾਵੇਂ ਪੂਰਾ ਮਿਲਿਆ ਫਿਰ ਵੀ ਕਹਿ ਕੇ ਮੈਨੂੰ ਹਿੱਸਾ ਨਹੀਂ ਮਿਲਿਆ, ਬਾਪੂ ਤੇ ਹੀ ਕੇਸ, ਪਰਿਵਾਰ ਭਰਾਵਾਂ ਨਾਲ ਹੀ ਲੜਾਈਆਂ, ਪਰਿਵਾਰ ਚ ਹੀ ਝਗੜੇ ਕਰੀ ਜਾਏਗਾ। ਉਹ ਬੰਦਾ ਘਰ ਜਿਵੇਂ ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਪੈਂਦਾ, ਲੋਭੀ ਵਾਸਤੇ ਵੀ ਘਰ ਵਾਲੇ ਜਿਹੜੇ ਨੇ ਉਹਨਾਂ ਨਾਲ ਪ੍ਰੇਮ ਨਹੀਂ ਹੁੰਦਾ, ਘਰਦਿਆਂ ਤੇ ਕੇਸ ਕਰੇਗਾ, ਪਰਿਵਾਰ ਨਾਲ ਲੜੇਗਾ, ਝਗੜੇ ਪਰਿਵਾਰ ਨਾਲ, ਕੇਸ ਕੋਟਾਂ ਕਚਹਿਰੀਆਂ ਚ ਅੱਜ ਵੇਖਦੇ ਹੋ ਭਰਾਵਾਂ ਦੇ ਕੇਸ ਬਹੁਤੇ ਚੱਲਦੇ ਨੇ, ਆਪਣੇ ਇੱਕ ਦੂਜੇ ਨਾਲ ਲੜਦੇ ਰਹਿੰਦੇ। ਹਲਕੇ ਕੁੱਤੇ ਦੀ ਤੀਜੀ ਨਿਸ਼ਾਨੀ ਉਹਦੇ ਮੂੰਹ ਚੋਂ ਝੱਗ ਡਿੱਗਦੀ ਹੈ। ਲੋਭੀ ਦੀ ਤੀਜੀ ਨਿਸ਼ਾਨੀ ਇਹ ਆ ਉਹ ਨਿੰਦਿਆ ਰੂਪੀ ਝੱਗ ਸਿੱਟਦਾ ਹੀ ਰਹਿੰਦਾ ਹੈ। ਜਿਵੇਂ ਸਾਧ ਸੰਗਤ ਹਲਕਾ ਕੁੱਤਾ ਝੱਗ ਸਿੱਟਦਾ ਹੈ, ਲੋਭੀ ਵੀ ਨਿੰਦਿਆ ਕਰਦਾ ਹੀ ਰਹਿੰਦਾ ਹੈ, ਆਪਣੀ ਸੋਭਾ ਕਰਦਾ, ਦੂਜੇ ਕਿਸੇ ਦੀ ਸੋਭਾ ਨਹੀਂ ਕਰੇਗਾ, ਆਪਣੀ ਜ਼ਬਾਨ ਸਭ ਦੀ ਨਿੰਦਿਆ ਕਰੇਗਾ, ਸਭ ਨੂੰ ਮਾੜਾ ਕਹੇਗਾ। ਲੋਭੀ ਭਰਾਵਾਂ ਨੂੰ, ਭੈਣਾਂ ਨੂੰ, ਮਾਤਾ ਪਿਤਾ ਨੂੰ ਕਿਸੇ ਨੂੰ ਚੰਗਾ ਨਹੀਂ ਕਹੇਗਾ, ਸਭ ਮਾੜੇ ਨੇ, ਮੇਰੇ ਨਾਲ ਧੋਖਾ ਕੀਤਾ, ਮੈਨੂੰ ਮੇਰਾ ਪੂਰਾ ਹਿੱਸਾ ਨਹੀਂ ਦਿੱਤਾ, ਮੇਰੇ ਨਾਲ ਠੀਕ ਨਹੀਂ ਕੀਤਾ, ਇਹ ਕਹਿੰਦਾ ਰਹੇਗਾ। ਹਲਕੇ ਕੁੱਤੇ ਦੀ ਚੌਥੀ ਨਿਸ਼ਾਨੀ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਕਹਿੰਦੇ ਲੋਭੀ ਦੀਆਂ ਮੰਗਣ ਵਾਸਤੇ ਹਥੇਲੀਆਂ ਸਿੱਧੀਆਂ ਹੀ ਰਹਿੰਦੀਆਂ, ਕਦੇ ਕਿਸੇ ਤੋਂ ਮੰਗਦਾ, ਕਦੇ ਕਿਸੇ ਤੋਂ ਮੰਗਦਾ। ਹਲਕੇ ਕੁੱਤੇ ਦੀ ਪੰਜਵੀਂ ਨਿਸ਼ਾਨੀ ਉਹ ਪਾਣੀ ਤੋਂ ਡਰਦਾ ਹੈ, ਲੋਭੀ ਬਾਣੀ ਤੋਂ ਡਰਦਾ ਹੈ, ਉਹ ਗੁਰਦੁਆਰੇ ਜਾਣ ਤੋਂ ਡਰਦਾ ਹੈ, ਉਹ ਸਤ ਸੰਗਤ ਵਿੱਚ ਬਹਿ ਕੇ ਰਾਜੀ ਨਹੀਂ, ਇੱਥੇ ਆਏਗਾ ਹੀ ਨਹੀਂ, ਕਦੇ ਉਹਨੂੰ ਸਤਸੰਗ ਚੰਗੀ ਨਹੀਂ ਲੱਗਦੀ, ਸਿਰਫ ਮਾਇਆ ਦਾ ਲੋਭ ਹੈ ਜਿਨ੍ਹਾਂ ਨੂੰ। ਇਹ ਬੜਾ ਭਿਆਨਕ ਰੋਗ ਹੈ, ਬਹੁਤ ਭਿਆਨਕ ਬਿਮਾਰੀ ਹੈ, ਸਤਸੰਗਤ ਮਨ ਦਾ ਬੜਾ ਵੱਡਾ ਰੋਗ ਹੈ, ਬਹੁਤ ਭਿਆਨਕ ਬਿਮਾਰੀ ਹੈ, ਸਤਸੰਗਤ ਮਨ ਦਾ ਬੜਾ ਵੱਡਾ ਰੋਗ ਹੈ, ਇਹੋ ਜਿਹਾ ਚਿੱਕੜ ਹੈ ਜਿਹਦੇ ਚ ਇੱਕ ਵਾਰੀ ਫਸ ਜਾਈਏ ਮੁੜ ਕੇ ਨਿਕਲਿਆ ਨਹੀਂ ਜਾਂਦਾ। ਤੇ ਕੋਈ ਕੋਈ ਜਿਹਦੇ ਤੇ ਮਾਲਕ ਦੀ ਕਿਰਪਾ, ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਉਹ ਬਚਿਆ ਹੋਇਆ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਏ। ਤੇ ਧਿਆਨ ਦੇਣਾ ਗੁਰਮੁਖੋ, ਮਾਇਆ ਦੀ ਲੋੜ ਹੈ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਮਾਇਆ ਕਮਾਣੀ ਨਹੀਂ, ਮਾਇਆ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਮਾਇਆ ਦੀ ਲੋੜ ਹੈ, ਮਾਇਆ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ, ਮਾਇਆ ਦੀ ਜ਼ਰੂਰਤ ਹੈ, ਜ਼ਿੰਦਗੀ ਵਿੱਚ ਬੜੀ ਲੋੜ ਪੈਂਦੀ ਹੈ ਪਰ ਮਾਇਆ ਹੀ ਸਭ ਕੁਝ ਨਹੀਂ ਹੁੰਦੀ, ਵੀ ਇਹਦੇ ਤੋਂ ਬਿਨਾਂ ਬਾਕੀ ਸਭ ਬੇਅਰਥ ਹੈ। ਧਰਮ ਵਾਸਤੇ ਬਾਣੀ ਪੜ੍ਹਨ ਲਈ, ਨਿਤਨੇਮ ਕਰਨ ਲਈ, ਸਿਮਰਨ ਕਰਨ ਲਈ ਟਾਈਮ ਹੀ ਨਾ ਰਹੇ, ਇੰਨੀ ਮਾਇਆ ਦੇ ਪਿੱਛੇ ਫਿਰਦੇ ਰਹੀਏ, ਇਹ ਮਾੜੀ ਗੱਲ ਹੈ। ਮਾਇਆ ਕਮਾਉਣੀ ਹੈ, ਜੇ ਕਮਾਈਏ ਨਾ ਤੇ ਰੋਟੀ ਪਿੱਛੇ ਲੋਕਾਂ ਕੋਲੋਂ ਮੰਗਣ ਥੋੜਾ ਜਾਣਾ, ਚਾਹੀਦੀ ਹੈ ਮਾਇਆ ਪਰ ਓਨੀ ਜਿੰਨੀ ਲੋੜ ਹੈ, ਜਿੰਨੀ ਹੱਕ ਸੱਚ ਦੀ ਹੈ, ਲੋੜ ਤੋਂ ਵੱਧ ਲਾਲਚ ਨਾ ਕਰੀਏ, ਜਿੰਨਾ ਇਹਦਾ ਲਾਲਚ ਕਰੋਗੇ ਓਨਾ ਦੂਰ ਜਾਏਗੀ, ਜਿੰਨਾ ਤਿਆਗ ਦਈਏ ਓਨਾ ਫਿਰ ਨੇੜੇ ਆਏਗੀ, ਜਿੰਨਾ ਮਾਇਆ ਨੂੰ ਪਰੇ ਕਰੋ ਓਨਾ ਜ਼ਿਆਦਾ ਆਉਂਦੀ ਹੈ, ਜਿੰਨਾ ਕੋਈ ਬੰਦਾ ਲੋਭ ਕਰਦਾ ਹੈ ਓਨੀ ਦੂਰ ਚਲੇ ਜਾਂਦੀ ਹੈ। ਤੇ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਚੜ੍ਹਤ ਸੀ ਬੜੀ, ਪਹਾੜੀ ਰਾਜੇ ਝੱਲ ਨਾ ਸਕੇ,
ਉਹਨਾਂ ਨੇ ਆਟੇ ਦੀ ਗਾਂ ਬਣਾ ਕੇ ਵੀ ਭੇਜੀ, ਕੁਰਾਨ ਸ਼ਰੀਫ ਵੀ ਭੇਜਿਆ, ਮਹਾਰਾਜ ਭਰੋਸਾ ਕਰ ਲਓ ਤੁਹਾਡਾ ਕੁਛ ਨਹੀਂ ਵਿਗੜੇਗਾ, ਇੱਕ ਵਾਰੀ ਆਨੰਦਪੁਰ ਦਾ ਕਿਲਾ ਛੱਡ ਜਾਓ। ਮਹਾਰਾਜ ਸਾਹਿਬ ਆਖਣ ਲੱਗੇ ਅਸੀਂ ਨਹੀਂ ਜਾਣਾ। ਕਈ ਸਿੰਘ ਕਹਿੰਦੇ ਮਹਾਰਾਜ ਮੰਨ ਲੈਣੀ ਚਾਹੀਦੀ, ਸੱਚੇ ਪਾਤਸ਼ਾਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ। ਵਿੱਚ ਕਈ ਫਿਰ ਹਾਰ ਬੈਠੇ, ਸਿਦਕ ਹਾਰ ਬੈਠੇ, ਕੱਚੇ ਸਨ, ਡੋਲ ਗਏ। ਕਲਗੀਧਰ ਜੀ ਦੇ ਸਾਹਮਣੇ ਆਏ, ਕਹਿੰਦੇ ਮਹਾਰਾਜ ਫਿਰ ਜੇ ਨਹੀਂ ਨਾ ਜਾਣਾ ਆਨੰਦਪੁਰ ਛੱਡਣਾ, ਸਾਨੂੰ ਆਗਿਆ ਦੇ ਦਿਓ, ਅਸੀਂ ਚਲੇ ਜਾਂਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਖਣ ਲੱਗੇ ਸਿੰਘੋ ਕਿੱਥੇ ਜਾਣਾ, ਘਰਾਂ ਨੂੰ ਜਾਣਾ, ਆਗਿਆ ਦੇ ਦਿਓ, ਛੁੱਟੀ ਦੇ ਦਿਓ, ਅਸੀਂ ਨਹੀਂ ਰਹਿ ਸਕਦੇ। ਮਹਾਰਾਜ ਸਾਹਿਬ ਕਹਿੰਦੇ ਰਹਿ ਜਾਓ, 10 ਦਿਨ ਰਹਿ ਜਾਓ, ਬਸ ਇੰਨੇ ਮਹੀਨੇ ਕੱਟ ਲੈ, 10 ਦਿਨ ਕੱਟ ਲਓ। ਕਹਿੰਦੇ ਭੁੱਖ ਦਾ ਦੁੱਖ ਹੁਣ ਨਹੀਂ ਕੱਟਿਆ ਜਾਂਦਾ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਭੁੱਖ ਦਾ ਦੁੱਖ ਬੜਾ ਭਿਆਨਕ ਹੈ ਤੇ ਮਹਾਰਾਜ ਸਾਥੋਂ ਹੁਣ ਨਹੀਂ ਚੱਲਿਆ ਜਾਂਦਾ। ਮਹਾਰਾਜ ਕਹਿੰਦੇ 10 ਦਿਨ ਰੁਕ ਜਾਓ, ਨਹੀਂ ਰਹਿ ਸਕਦੇ। 6 ਦਿਨ ਰੁਕ ਜਾਓ, ਨਹੀਂ ਰਹਿ ਸਕਦੇ। 3 ਦਿਨ ਹੀ ਰੁਕ ਜਾਓ। ਭੁੱਖ ਦੇ ਦੁੱਖ ਨੇ ਇੰਨੇ ਸਤਾਏ, ਕਹਿੰਦੇ 3 ਦਿਨ ਵੀ ਨਹੀਂ ਰਹਿ ਸਕਦੇ, ਜਾਣਾ ਹੀ ਜਾਣਾ, ਸਾਨੂੰ ਜਾਣ ਦਿਓ। ਕਲਗੀਧਰ ਆਖਣ ਲੱਗੇ ਸਿੰਘੋ ਜੇ ਜਾਣਾ ਹੈ ਤੇ ਕੋਈ ਨਿਸ਼ਾਨੀ ਦੇ ਜਾਓ ਆਪਣੀ, ਯਾਦ ਕਰ ਲਿਆ ਕਰਾਂਗੇ ਤੁਹਾਨੂੰ। ਮਹਾਰਾਜ ਹੁਣ ਸਾਡੇ ਕੋਲ ਹੈ ਕੀ ਤੁਹਾਨੂੰ ਦੇਣ ਵਾਸਤੇ? ਕਲਗੀਧਰ ਆਖਣ ਲੱਗੇ ਕਾਗਜ਼ ਤੇ ਲਿਖ ਜਾਓ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ, ਲਿਖ ਕੇ ਦੇ ਜਾਓ, ਜਾਓ ਜਿੱਥੇ ਜਾਣਾ ਤੁਹਾਡੀ ਮਰਜ਼ੀ। ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਹੈ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦਾ ਹੈ, ਰੱਸੀਆਂ ਵੀ ਸੱਪ ਬਣ ਜਾਂਦੀਆਂ ਨੇ ਜਦੋਂ ਸਮਾਂ ਮਾੜਾ ਆ ਜਾਏ। ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਹੈ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਬੁਰੇ ਭਲੇ